ਜਿੰਦਾ ਹੈ। ਉਸ ਦਿਨ ਪੌਣੇ 5 ਵਜੇ ਦੇ ਕਰੀਬ ਇੱਕਦਮ ਸ਼ੋਰ ਮੱਚਿਆ, ਮਾਰਤਾ 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 ਮਾਰਤਾ, ਚਲੋ ਮਾਰ ਦਿਓ ਮਾਰ ਦਿਓ ਮਾਰ ਦਿਓ। ਮੈਂ ਸੁਣ ਕੇ ਮੈਂ ਇੱਥੇ ਖੜਾ ਸੀ, ਬੈਠਾ ਸੀ, ਥੱਲੇ ਗਿਆ, ਥੱਲੇ ਜਾ ਕੇ ਕੀ ਨਾਮ ਪੀਲਾ ਪੀਲੇ ਦੂਜੇ ਤੋਂ ਉਧਰੋਂ ਆ ਜਾ ਰਹੇ ਸੀ, ਘਰਦਿਆਂ ਨੇ ਦੇਖਿਆ ਸੀ, ਅਤੇ ਮੈਂ ਤਾਲਾ ਖੋਲਿਆ, ਤਾਲਾ ਖੋਲ ਕੇ ਸਾਡੇ ਦੂਜੇ ਥੋੜ੍ਹਾ ਨਾਲ ਹੀ ਇਹ ਬੰਦੇ ਨੂੰ ਸਾਡੇ ਡੇਕ ਕੇ ਉਹਨਾਂ ਨੂੰ ਮਾਰਨ ਦੀ ਕੋਸ਼ਿਸ਼ ਕਰ ਰਹੇ, ਲਾਠੀਆਂ ਚੱਲ ਰਹੀਆਂ ਸੀਗੀਆਂ। ਮੈਂ ਵਿੱਚ ਵੜਿਆ, ਜਾ ਕੇ ਉੱਤੇ ਫੜਿਆ ਉਹਨਾਂ ਨੂੰ, ਅਤੇ ਇੱਕਦਮ ਅੰਦਰ ਕਰਕੇ ਤਾਂ ਝਟਕੇ ਅੰਦਰ ਕਰਕੇ ਅੰਦਰ ਲੈ ਜਾਂਦਾ। ਮੈਂ ਕੰਮ ਪਿਆ ਹੋਇਆ ਸੀ ਉਹ ਜ਼ੀਰਾ ਵਾਸਤੇ ਫਿਰ ਮੈਂ ਆ ਗਿਆ ਪਬਲਿਕ ਮੈਂ ਨੀਚੇ ਤੋਂ ਗਿਆ ਪੁਸ਼ਤੇ ਰੋਡ ਪੈਂਦਾ ਅੰਦਰ ਨੀਚੇ ਤੋਂ ਫਿਰ ਮੁਆਫ਼ੀ ਮੈਂ ਉੱਪਰ ਚੜਾਈ ਪਾਈ ਗਾੜੀ ਮੇਰੀ ਫਿਰ ਸਰਦਾਰ ਜੀ ਨੇ ਬਚਾਇਆ ਮੁੰਜੇ ਸਰਦਾਰ ਜੀ ਨੇ ਬਚਾ
ਘਰ ਮੇ ਲਿਆ ਕੇ ਫਿਰ ਥੋੜ੍ਹਾ ਪਗੜੀ ਵਗੜੀ ਬੰਨ੍ਹੀ ਮੇਰੇ ਪਗੜੀ ਬੰਨ੍ਹ ਕੇ ਫਿਰ ਕੁਛ ਕਾਮਯਾਬੀ ਹੋਈ ਪਗੜੀ ਮੂੰਚੇ ਤੇ ਨਹੀਂ ਸੀ ਮੇਰੀ ਕਿ ਵਹਾਂ ਸੇ ਫਿਰ ਦੂਸਰੇ ਪਲੇਟ ਮੇ ਛੋੜਾ ਮੇਰੇ ਕੋ ਦੂਸਰੇ ਪਲੇਟ ਮੇ ਛੋੜ ਕੇ ਫਿਰ ਵਹਾਂ ਮੇਰੀ ਮਲਮ ਪੱਟੀ ਹੋਈ ਮਲਮ ਪੱਟੀ ਹੋ ਕੇ ਮੈਂ ਥੋੜ੍ਹਾ ਵਹਾਂ 2-2.5 ਘੰਟੇ ਆਰਾਮ ਕਰਾ ਫਿਰ ਆਰਾਮ ਕਰਕੇ ਫਿਰ ਮੈਨੂੰ ਇਹਨਾਂ ਨੇ ਚਾਹ ਪਿਲਾਈ ਮੇਰੇ ਕੋ ਚਾਹ ਪਿਲਾ ਕੇ ਫਿਰ ਉਹਨੇ ਸਿੱਧੂ ਭਾਈ ਨੇ ਆਪਣੀ ਸ਼ੇਰ ਦੀ ਮੇਰੇ ਸ਼ੇਰ ਪਿਲਾ ਕੇ ਫਿਰ ਗਾੜੀ ਮੇ ਬਿਠਾ ਕੇ ਦੋਨੋਂ ਭਾਈ ਸਮਾਂ ਲੇਗਾ ਤਿਮਾਰਪੁਰ ਮੇਰੇ ਤਿਮਾਰਪੁਰ ਛੋੜ ਕੇ ਆਇਆ ਭਾਈ ਕੇ ਪਾਸ ਮੇਰੇ ਛੋਟਾ ਭਾਈ ਆ ਗਿਆ ਮੈਂ ਵਹਾਂ ਪੇ ਉਮੀਦ ਹੈ ਇਹਨਾਂ ਦੰਗੇ